ਸੋ ਕੈਨੇਡਾ ਦੀ ਗੱਲ ਕਰਾਂਗੇ ਸਟੂਡੈਂਟਸ ਹਮੇਸ਼ਾ ਇਹ ਸਵਾਲ ਤਾਂ ਜ਼ਰੂਰ ਹੁੰਦਾ ਹੈ ਕਿ ਮੈਮ ਕਿਹੜੀ ਕਿਹੜੀ ਗੱਲਾਂ ਦੇ ਨਾਲ ਸਕਸੈਸ ਰਤ ਜੋ ਹੈ ਜ਼ਿਆਦਾ ਵੱਜ ਜਾਂਦਾ ਹੈ ਕਿ ਅਸੀਂ ਪ੍ਰਾਈਵੇਟ ਕਾਲਜ ਵੱਲ ਜਾਈਏ ਜਾਂ ਪਬਲਿਕ ਕਾਲਜ ਵੱਲ ਜਾਈਏ ਇਹਨਾਂ ਚੀਜ਼ਾਂ ਦਾ ਵੀ ਫਰਕ ਹੁੰਦਾ ਹੈ ਕਿ ਵੀਜ਼ਾ ਲੱਗਣ ਦੇ ਚਾਂਸਸes ਤੇ ਵੀ ਇਸ ਨਾਲ ਫਰਕ ਪੈਂਦਾ ਜਾਂ ਫਿਰ ਜਦੋਂ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਉਸ ਤੋਂ ਬਾਅਦ ਸਾਨੂੰ ਹੋਰ ਕਿਹੜੇ-ਕਿਹੜੇ ਬੈਨੀਫਿਟਸ ਮਿਲ ਸਕਦੇ ਨੇ ਜਾਂ ਅਗਰ ਅਸੀਂ ਪ੍ਰਾਈਵੇਟ ਕਾਲਜ ਚੂਜ਼ ਕਰਾਂਗੇ ਕਿਤੇ ਇਹ ਤਾਂ ਨਹੀਂ ਸਾਡੇ ਵੀਜ਼ਾ ਚਾਂਸਸes ਵੀ ਘਟਣਗੇ ਕੱਲ ਨੂੰ ਸਾਨੂੰ ਹੋਰ ਵੀ ਕੋਈ ਮੁਸ਼ਕਿਲ ਆਵੇ ਸੋ ਅੱਜ ਇਹੀ ਕਲੈਰਿਟੀ ਜ਼ਰੂਰ ਤੁਹਾਨੂੰ ਦਵਾਂਗੇ ਇਸ ਵੀਡੀਓ ਦੇ ਜ਼ਰੀਏ ਕਿ ਜੇਕਰ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤੁਹਾਨੂੰ ਪਬਲਿਕ ਕਾਲਜ ਜਾਣ ਦੇ ਕੀ ਬੈਨੀਫਿਟਸ ਰਹਿਣਗੇ ਔ ਸੋਚਦੇ ਹੋ ਤਾਂ ਡਰਨ ਦੀ ਗੱਲ ਹੈ ਜਾਂ ਫਿਰ ਉੱਥੇ ਵੀ ਸਮੂਥਲੀ ਹੀ ਤੁਸੀਂ ਅੱਗੋਂ ਆਪਣਾ ਪ੍ਰੋਸੀਜਰ ਫਾਲੋ ਕਰਦੇ ਹੋਏ ਕੈਨੇਡਾ ਵਿੱਚ ਆਪਣਾ ਫਿਊਚਰ ਸਿਕਿਉਰ ਕਰ ਸਕਦੇ ਹੋ ਸੋ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਜ਼ਰੂਰ ਇਹ ਦੇਖੋ ਜਿਹੜਾ ਡਾਊਟ ਹੈ ਸਟੂਡੈਂਟਸ ਆ ਇਹ ਬਹੁਤ ਚਿਰ ਤੋਂ ਹਮੇਸ਼ਾ ਹੀ ਹਰੇਕ ਇਨਟੇਕ ਦੇ ਨਾਲ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਸੋ ਇਸ ਦੀ ਕਲੈਰਿਟੀ ਜ਼ਰੂਰ ਦਿਓ ਪਬਲਿਕ ਕਾਲਜ ਵਿੱਚ ਸਟੂਡੈਂਟ ਜਾਂਦਾ ਉਹ ਜ਼ਿਆਦਾ ਸਿਕਿਓਰ ਹੈ ਉਸ ਦੇ ਚਾਂਸਸ ਜ਼ਿਆਦਾ ਹੈ ਜਾਂ ਜਿਹੜਾ ਪ੍ਰਾਈਵੇਟ ਕਾਲਜ ਜਾਂਦਾ ਉਸ ਨੂੰ ਵੀ ਸੇਮ ਉਸੇ ਤਰ੍ਹਾਂ ਦੀ ਆਪਸ਼ਨਸ ਮਿਲਣਗੀ ਅੱਗੋ ਵੀ ਜਿਵੇਂ ਕਿ ਪਬਲਿਕ ਕਾਲਜ ਵਾਲਿਆਂ ਨੂੰ ਮਿਲਦੀਆਂ ਨੇ ਹਰਜੋਤ ਐਦਾਂ ਹੈ ਕਿ ਕਾਫੀ ਸਾਰੇ ਜਿਹੜੇ ਪ੍ਰਾਈਵੇਟ ਕਾਲਜੇਜ਼ ਹੈ ਉਹਨਾਂ ਨੇ ਜਿਹੜਾ ਟਾਈ ਅਪ ਪਬਲਿਕ ਕਾਲਜਸ ਤੋਂ ਕੀਤਾ ਹੋਇਆ ਹੈ ਇੱਕ ਸਾਲ ਜਿਹੜਾ ਪ੍ਰਾਈਵੇਟ ਕਾਲਜ ਚ ਬੱਚਾ ਪੜ ਕੇ ਉਹਨਾਂ ਦੇ ਪੂਰੇ ਕ੍ਰੈਡਿਟ ਮਿਲਦੇ ਆ ਨੈਕਸਟ ਈਅਰ ਉਹ ਪਬਲਿਕ ਕਾਲਜ ਚ ਜਾ ਸਕਦਾ ਹੈ ਰਾਈਟ ਯਾ 3 ਇਅਰਸ ਦੀ ਯਾ 4 ਇਅਰਸ ਦੀ ਕੋਈ ਬੈਚਲਰ ਡਿਗਰੀ ਹੈ ਇੱਕ ਸਾਲ ਯਾ 2 ਸਾਲ ਪ੍ਰਾਈਵੇਟ ਚ ਪੜ ਕੇ ਫਿਰ ਨੈਕਸਟ ਉਹ ਗਵਰਨਮੈਂਟ ਰੋਸ ਦੇ ਵਿੱਚ ਜਾ ਸਕਦਾ ਯੂਨੀਵਰਸਿਟੀ ਚ ਇਹਦੇ ਫਾਇਦੇ ਕੀ ਆ ਕਿ ਪ੍ਰਾਈਵੇਟ ਕਾਲਜ ਦੀ ਫੀਸ ਘੱਟ ਹੁੰਦੀ ਹੈ ਨੇਚਰ ਆਬਵੀਅਸਲੀ ਹੈ ਠੀਕ ਹੈ ਬੱਚਾ ਥੋੜਾ ਕੰਫਰਟੇਬਲ ਹੁੰਦਾ ਹੈ ਕਲਾਸ ਸਾਈਜ਼ ਛੋਟਾ ਹੁੰਦਾ ਹੈ ਇੰਡੀਵਿਜੂਅਲ ਟੀਚਰ ਮਿਲਦੇ ਆ ਇਹਨਾਂ ਨੂੰ ਜਦਕਿ ਪਬਲਿਕ ਕਾਲਜਸ ਦੇ ਵਿੱਚ ਜਿਹੜਾ ਟੀਚਰ ਸਟੂਡੈਂਟ ਰੇਸ਼ੋ ਬਹੁਤ ਜ਼ਿਆਦਾ ਹੁੰਦੀ ਹੈ ਕਿ ਸਟੂਡੈਂਟ ਬਹੁਤ ਹੈ ਟੀਚਰ ਇੱਕ ਟੀਚਰ ਦੇ ਹਿਸਾਬ ਨਾਲ ਤੇ ਇੱਥੇ ਪ੍ਰਾਈਵੇਟ ਦੇ ਵਿੱਚ ਕੀ ਹੈ ਕਿ ਇਹਨਾਂ ਦਾ ਛੋਟਾ ਬੱਚਿਆਂ ਦਾ ਗਰੁੱਪ ਹੁੰਦਾ ਹੈ ਤੇ ਇੰਡੀਵਿਜੂਅਲ ਅਟੈਂਸ਼ਨ ਜ਼ਿਆਦਾ ਹੁੰਦੀ ਹੈ ਤੇ ਬੱਚੇ ਜਿਹੜਾ ਜਦ ਨੈਕਸਟ ਜਾਏ ਤੇ ਇਹੀ ਦੇਖੇ ਕਿ ਉਹਨਾਂ ਦੀ ਪਾਰਟਨਰਸ਼ਿਪ ਜਿਹੜੀ ਹੈ ਨੈਕਸਟ ਕਿਸ ਕਾਲਜ ਦੇ ਨਾਲ ਹੈ ਜੇ ਪ੍ਰਾਈਵੇਟ ਕਾਲਜ ਚੂਜ਼ ਕਰਨਾ ਉਹ ਦੀ ਆਪਣੀ ਚੋਇਸ ਹੈ ਕਈ ਵਾਰੀ ਪ੍ਰਾਈਵੇਟ ਕਾਲਜ ਦਾ ਪ੍ਰੋਗਰਾਮ ਬਹੁਤ ਅੱਛਾ ਹੁੰਦਾ ਜਿਹੜਾ ਪਬਲਿਕ ਕਾਲਜ ਚ ਨਹੀਂ ਹੁੰਦਾ ਆਦਰਵਾਇਜ਼ ਪਬਲਿਕ ਕਾਲਜ ਕਿਉਂਕਿ ਕਮਿਊਨਿਟੀ ਕਾਲਜਸ ਹੈ ਤੇ ਉਹਦੇ ਵਿੱਚ ਤੇ ਸਟੂਡੈਂਟ ਨੂੰ ਵੈਸੇ ਹੀ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਕਈ ਵਾਰੀ ਇਹ ਕਿੰਦਾ ਸਟੂਡੈਂਟ ਕਿ ਕਿਉਂ ਮੈਂ ਥੱਕ ਗਿਆ ਤਿੰਨ ਵਾਰੀ ਲਾ ਲਿਆ ਦੋ ਵਾਰੀ ਲਾ ਲਿਆ ਮੇਰਾ ਵੀਜ਼ਾ ਨਹੀਂ ਆਇਆ ਪ੍ਰਾਈਵੇਟ ਕਾਲਜ ਚ ਕਈ ਵਾਰੀ ਔਰ ਕਈ ਵਾਰੀ ਦੇਖਿਆ ਅਕਸਰ ਕੀ ਸਕਸੈਸ ਰੇਟ ਬਹੁਤ ਅੱਛਾ ਆ ਜਾਂਦਾ ਹੈ ਤੇ ਇਸ ਕਰਕੇ ਸਟੂਡੈਂਟ ਦੇ ਆਪਣੀ ਚੁਆਇਸ ਹੈ ਕਿ ਉਹ ਕੀ ਜਾਂਦਾ ਕਿਉਂਕਿ ਜਿਹੜੇ ਪਬਲਿਕ ਕਾਲਜ ਜ ਉਹ ਤੇ ਹਰ ਥਾਂ ਤੇ ਆ ਹਰ ਥਾਂ ਤੇ ਆ ਹਰ ਸਟੇਟ ਚ ਰੀਜਨਲ ਏਰੀਆ ਚ ਅਸੀਂ ਤੇ ਪ੍ਰਮੋਟ ਹਮੇਸ਼ਾ ਰੀਜਨਲ ਏਰੀਆ ਨੂੰ ਕਰਦੇ ਆ ਇਸ ਕਰਕੇ ਕਰਦੇ ਆ ਰੀਜ਼ਨ ਬੀਇੰਗ ਰੀਜਨਲ ਏਰੀਆ ਚ ਤੁਹਾਨੂੰ ਲੀਵਿੰਗ ਐਕਸਪੈਂਸਸ ਬਹੁਤ ਘੱਟ ਹੁੰਦੇ ਆ ਜੌਬ ਚਾਂਸਸ ਬਹੁਤ ਅੱਛੇ ਹੁੰਦੇ ਆ ਜਿਹੜੇ ਆਰਟਸ ਵਾਲੇ ਬੱਚੇ ਉਹਨਾਂ ਦੇ ਵਾਸਤੇ ਬੜਾ ਜ਼ਿਆਦਾ ਸਕੋਪ ਨਹੀਂ ਹੁੰਦਾ ਕਿਸੇ ਵੀ ਉਹਦੇ ਵਿੱਚ ਉਹਨਾਂ ਨੂੰ ਅਸੀਂ ਹੋਸਪਿਟੈਲਿਟੀ ਟੂਰਿਜ਼ਮ ਦੇ ਕੋਰਸ ਦਿੰਨੇ ਆ ਜਿਹਦੇ ਵਿੱਚ ਸਟੂਡੈਂਟ ਜਿਹੜਾ 6 ਮਹੀਨੇ ਪੜਦਾ ਔਰ 6 ਮਹੀਨੇ ਇੰਟਰਨਸ਼ਿਪ ਪੇਡ ਇੰਟਰਨਸ਼ਿਪ ਤੇ ਕੰਮ ਕਰਦਾ ਉਹ ਵੱਲੇ ਚੁਆਇਸਿਸ ਬਹੁਤ ਅੱਛੀ ਹੁੰਦੀਆਂ ਇਸ ਕਰਕੇ ਇਹ ਸਟੂਡੈਂਟ ਦੀ ਆਪਣੀ ਚੋਣ ਹੈ ਕਿ ਉਹਨੇ ਕੀ ਕਰਨਾ ਸਮਝਾਉਣਾ ਸਾਡਾ ਕੰਮ ਹੈ ਐਨਾ ਅਜ 26 ਸਾਲ ਦੇ ਐਕਸਪੀਰੀਅੰਸ ਦੇ ਨਾਲ ਸਟੂਡੈਂਟ ਵੀ ਹਰ ਲਾਈਫ ਦੇਖੀ ਹੈ ਮੈਨੂੰ ਜਦ ਕੈਨੇਡਾ ਜਾਣੀ ਆ ਜਿਹੜੇ ਸਟੂਡੈਂਟਸ ਭੇਜੇ ਹੁੰਦੇ ਆ ਉਸ ਤੋਂ 10 ਸਾਲ ਪਹਿਲੇ 15 ਸਾਲ ਪਹਿਲੇ ਜਾਂ ਰੀਸੈਂਟਲੀ ਉਹਨਾਂ ਦੇ ਨਾਲ ਰਹਿ ਕੇ ਵੀ ਦੇਖਦੀ ਆ ਕਿ ਉਹਨਾਂ ਨੂੰ ਕੋਈ ਗੱਲ ਦੀ ਮਤਲਬ ਕੀ ਉਹਨਾਂ ਨੂੰ ਫਾਇਦਾ ਰਿਆ ਕਿਸ ਚੀਜ਼ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਆ ਇਹ ਨੈਕਸਟ ਕਾਉਂਸਲਿੰਗ ਚ ਅਸੀਂ ਬੱਚਿਆਂ ਨੂੰ ਦੱਸਦੇ ਆ ਤੇ ਮੇਰੇ ਖਿਆਲ ਤੇ ਹਸਤਾਕਸੀ ਕੋਈ ਸਟੂਡੈਂਟ ਨੂੰ ਕੋਈ ਪ੍ਰੋਬਲਮ ਇਦਾਂ ਦੀ ਦੇਖੀ ਨਹੀਂ ਕਿ ਕੋਈ ਪ੍ਰੋਬਲਮ ਆ ਰਹੀ ਹੈ ਲੇਕਿਨ ਉਹ ਸਾਡੇ ਹਿਸਾਬ ਨਾਲ ਚੱਲੇ ਫੇਰ ਜੋ ਆਪਣੇ ਹਿਸਾਬ ਨਾਲ ਚੱਲ ਰਿਹਾ ਨਹੀਂ ਮੈਂ ਮਿਸਿਸਾਗਾ ਜਾਣਾ ਮੈਂ অন্ਟਾਰੀਓ ਜਾਣਾ ਮੈਂ ਟੋਰਾਂਟੋ ਜਾਣਾ ਬ੍ਰੈਮਟਨ ਜਾਣਾ ਉਹ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ ਉਹ ਬੱਚਾ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਆਪਣੀ ਫੈਸਿਲਿਟੀ ਦੇ ਹਿਸਾਬ ਨਾਲ ਜਾ ਰਿਹਾ ਜੀ ਜੀ ਬਿਲਕੁਲ ਸੋ ਇਸੇ ਲਈ ਜਿਵੇਂ ਮੈਮ ਨੇ ਦੱਸਿਆ ਕਿ ਮੈਮ ਉਹਨਾਂ ਸਟੂਡੈਂਟਸ ਨੂੰ ਵੀ ਮਿਲਦੇ ਨੇ ਜਿਹੜੇ ਨਾ ਥਰੂ ਗਏ ਨਹੀਂ ਕੈਨੇਡਾ ਜਾਂ ਹੋਰ ਕੰਟਰੀਜ਼ ਮੈਮ ਕਈ ਕੰਟਰੀਜ਼ ਵਿੱਚ ਲਗਾਤਾਰ ਜੋ ਹੈ ਵਿਜ਼ਿਟ ਕਰਦੇ ਨੇ ਸਟੂਡੈਂਟਸ ਨੂੰ ਮਿਲਦੇ ਨੇ ਈਵਨ ਜਿਹੜੇ ਨਵੇਂ ਹੋਰ ਸਟੂਡੈਂਟਸ ਨੇ ਅੱਗੋ ਜਾਣਾ ਉਹਨਾਂ ਲਈ ਵੀ ਰਿਸਰਚ ਵਰਕ ਮੈਮ ਤੇ ਇਹਨਾਂ ਦੀ ਕੰਪਨੀ ਇਹਨਾਂ ਦੀ ਟੀਮ ਰਿਸਰਚ ਵਰਕ ਕੰਟੀਨਿਊ ਕਰਦੇ ਨੇ ਨਵੇਂ-ਨਵੇਂ ਪ੍ਰੋਗਰਾਮਸ ਲੱਭੇ ਜਾਂਦੇ ਨੇ ਤਾਂ ਕਿ ਹਰ ਤਰ੍ਹਾਂ ਦੀ ਪ੍ਰੋਫਾਈਲ ਵਾਲਾ ਜਿਹੜਾ ਸਟੂਡੈਂਟ ਹੈ ਉਸ ਦੇ ਲਈ ਇੱਕ ਚੰਗੀ ਆਪਸ਼ਨ ਹੋਵੇ ਆਪਣੇ ਫਿਊਚਰ ਨੂੰ ਸਿਕਿਉਰ ਕਰਨ ਦੇ ਲਈ ਅੱਜ ਜਿਵੇਂ ਅਸੀਂ ਗ 10 ਅਗਸਤ ਤੋਂ ਬਾਅਦ ਦੀ ਗੱਲ ਕਰਦੇ ਆ ਜਿਹੜਾ SDS ਕੈਟਾਗਰੀ ਦੇ ਵਿੱਚ PTE ਆ ਗਿਆ TOEFL ਆ ਗਿਆ ਨਾਲ ਦੀ ਨਾਲ ਜਿਹੜਾ IELTS ਨੂੰ ਲੈ ਕੇ ਚੇਂजेस ਹੋ ਗਈਆਂ ਓਵਰਆਲ 6 1 ਕਿਆਂ 2 ਮੋਡਿਊਲ ਚ 5.5 ਵਾਲਾ ਵੀ SDS ਵਿੱਚ ਅਪਲਾਈ ਕਰ ਸਕਦਾ ਉਸ ਤੋਂ ਬਾਅਦ ਹੁਣ ਰਿਜ਼ਲਟਸ ਮੈਮ ਕਿਸ ਤਰ੍ਹਾਂ ਦੇ ਦੇਖੇ ਜਾ ਰਹੇ ਨੇ ਔਰ ਨੋਨ SDS ਪ੍ਰੋਫਾਈਲ ਦਾ ਆਪਾਂ ਫਿਊਚਰ ਕੀ ਦੇਖਦੇ ਆ ਅਗੋਂ ਹਰਜੋਤ ਰਿਜ਼ਲਟ ਨਾ ਤੁਸੀਂ ਪ੍ਰਡਿਕਟ ਕਰ ਸਕਦੇ ਨਾ ਮੈਂ ਪ੍ਰਡਿਕਟ ਕਰ ਸਕਦੀ ਆਪਾਂ ਇੱਕ ਅਸੰਪਸ਼ਨ ਦਾ ਸਕਦੇ ਆ ਕਿ ਇਦਾਂ ਅਸੀਂ ਸੋਚ ਰਹੇ ਆ ਜਿਹੜਾ ਸਾਡਾ ਤਜਰਬਾ ਹੈ ਉਹਦੇ ਨਾਲ ਸੋਚ ਰਹੇ ਆ ਕਿਉਂਕਿ ਇਸ ਟਾਈਮ ਸਟੂਡੈਂਟ ਜਿਹੜਾ ਕੈਨੇਡਾ ਨੂੰ ਫਰਸਟ ਪ੍ਰੈਫਰੈਂਸ ਨਾ ਦੇ ਕੇ ਹੋਰ ਕੰਟਰੀਆਂ ਨੂੰ ਦੇ ਰਿਹਾ ਤੇ ਉਹਦੇ ਨਾਲ ਵੀਜ਼ਾ ਸਕਸੈਸ ਰੇਟ ਜ਼ਿਆਦਾ ਕਿਉਂਕਿ ਫਾਈਲਾਂ ਕਾਟਾ ਹਰ ਕੰਟਰੀ ਦਾ ਇੱਕ ਟਾਰਗੇਟ ਹੈ ਕਿ ਇੰਨਾ ਵੀਜ਼ਾ ਦੇਣਾ ਹੈ ਠੀਕ ਹੈ ਉਸ ਟਾਰਗੇਟ ਦੇ ਵਿੱਚ ਜੇ ਬੱਚੇ ਦੀ ਪ੍ਰੋਫਾਈਲ ਆ ਜਾਂਦੀ ਹੈ ਤੇ ਵੀਜ਼ਾ ਮਿਲ ਜਾਂਦਾ ਹੈ ਠੀਕ ਹੈ ਮੰਨ ਲਓ ਉਹ ਬਹੁਤ ਜ਼ਿਆਦਾ ਫਾਈਲਾਂ ਵਧ ਗਈਆਂ 2 ਲੱਖ ਲੱਗ ਗਈਆਂ 2.5 ਲੱਖ ਲੱਗ ਗਈਆਂ ਔਰ ਵੀਜ਼ਾ ਟਾਰਗੇਟ ਹੀ ਉਹਨਾਂ ਦਾ 70000 ਆ ਜਾਂ ਰਿਹਾ 80000 ਆ ਨੈਚੁਰਲ ਰਿਜੈਕਸ਼ਨ ਆਣੀ ਹੈ ਔਰ ਰਿਜੈਕਸ਼ਨ ਫਿਰ ਕਿਹੜੀ ਪ੍ਰੋਫਾਈਲ ਦੀ ਆਏਗੀ ਜਿਹੜੀ ਥੋੜੀ ਵੀਕ ਹੋਏਗੀ ਇਹ ਅਸੀਂ ਅਸਿਊਮ ਕਰ ਰਹੇ ਹਾਂ ਹਜੇ ਵੀਜ਼ਾ ਆ ਰਹੇ ਆ ਸਾਢੇ ਪੰਜ ਬੈਂਡ ਦੇ ਵੀਜ਼ੇ ਬਹੁਤ ਅੱਛੇ ਆ ਰਹੇ ਮਾਰਕੀਟ ਜਦ ਇਹ ਚੇਂजेस ਆਏ ਐ ਐਸਡੀਐਸ ਚ ਉਸ ਤੋਂ ਪਹਿਲੇ ਇਕਦਮ ਤੋਂ ਵੀਜ਼ਾ ਹੈ ਔਰ ਉਸ ਤੋਂ ਬਾਅਦ ਵੀ ਇਹ ਮਾਰਕੀਟ ਹਜ਼ੇ ਪੋਜ਼ਿਟਿਵ ਚੱਲ ਰਹੀ ਹੈ ਅੱਜ ਦਾ ਇਹ ਸੀਨ ਹੈ ਕਿਉਂਕਿ ਕਲਾਇੰਟ ਕਈ ਵਾਰੀ ਕਹਿ ਦਿੰਦਾ ਕਿ ਤੁਸੀਂ ਉਸ ਟਾਈਮ ਕਿਹਾ ਸੀ ਇਹ ਬਿਲਕੁਲ ਮਾਰਕੀਟ ਸਾਡੀ ਜਿਹੜੀ ਮਾਰਕੀਟ ਹੈ ਵੀਜ਼ੇ ਦੀ ਕੋਈ ਵੀ ਪ੍ਰਡਿਕਟ ਨਹੀਂ ਕਰ ਸਕਦਾ ਇੱਕ ਅਜੰਪਸ਼ਨ ਹੁੰਦੀ ਕਿ ਅਸੀਂ ਇਹ ਸੋਚ ਰਹੇ ਹਾਂ ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਸੋ ਟਾਈਮ ਦੇ ਨਾਲ ਨਾ ਜਿਸ ਤਰੀਕੇ ਨਾਲ ਰੂਲਸ ਵੀ ਚੇਂਜ ਹੁੰਦੇ ਜਾਂਦੇ ਇੱਕ ਵਹਾ ਜਿਹੜਾ ਬਦਲਦਾ ਰਹਿੰਦਾ ਹੈ ਤੇ ਉਸ ਦੇ ਨਾਲ ਜ਼ਰੂਰੀ ਸਿਰਫ ਇਹ ਹੀ ਹੁੰਦਾ ਸਟੂਡੈਂਟਸ ਲਈ ਕਿ ਆਪਾਂ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਕੇ ਰਾਈਟ ਪ੍ਰੋਸੈਸ ਦੇ ਨਾਲ ਅੱਗੇ ਵਧੀਏ ਜਿੰਨੀਆਂ ਗਲਤੀਆਂ ਤੁਹਾਡੀ ਘੱਟ ਹੋਣਗੀਆਂ ਵੀਜ਼ਾ ਚਾਂਸਸ ਉਹਨੇ ਹੀ ਜ਼ਿਆਦਾ ਹੋ ਜਾਂਦੇ ਨੇ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਮੈਚ ਇੱਕ ਚੰਗਾ ਤਜਰਬੇਕਾਰ ਕੰਸਲਟੈਂਟ ਹੀ ਕਰ ਸਕਦਾ ਹੈ ਸੋ ਬਹੁਤ ਬਹੁਤ ਥੈਂਕਸ ਮੈਮ ਅੱਜ ਕੈਨੇਡਾ ਨੂੰ ਲੈ ਕੇ ਤੁਸੀਂ ਬਹੁਤ ਚੀਜ਼ਾਂ ਸਟੂਡੈਂਟਸ ਨੂੰ ਗਾਈਡ ਕੀਤੀਆਂ ਸਮਝਾਈਆਂ ਨੇ ਸਟੂਡੈਂਟਸ ਕੋਈ ਸਵਾਲ ਹੈ ਨੰਬਰ ਲਗਾਤਾ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ